Hello, hello, hello! Sashika, friends, I'm Sunil Verma from SD Program Live Life in a Better Way, and thanks so much for clicking on this video. Jina ne pata quickly, that's the. ਅੱਤੋਂ 3 ਦਿਨ ਪਹਿਲਾਂ ਆਪਾਂ ਐਚ ਡੀ weight loss transformation ਚੈਲੰਜ ਸ਼ੁਰੂ ਕੀਤਾ ਸੀ ਜਿਦੇ ਵਿੱਚ ਮੈਂ ਦੱਸਿਆ ਸੀਗਾ ਕਿ ਆ ਗੋਨੇ ਫੋਲੋ ਦਾ ਫੋਰ ਸਟ੍ਰੈਟਜੀ ਐਵਰੀ ਮੰਥ ਵੀ ਗੋਨੇ ਚੇਂਜ ਦਾ ਸਟ੍ਰੈਟਜੀ ਐਂਡ ਆਫ ਦਾ ਮੰਥ ਆ ਵਿਲ ਐਕਸਪਲੇਨ ਯੂ ਵਾਟ ਆਈ ਫੋਲੋ throughout ਦਾ that particular month ਤੇ ਲਾਸਟ ਵੀਡੀਓ ਆਪਾਂ ਪਾਈ ਸੀ 3 ਦਿਨ ਪਹਿਲਾਂ ਉਸ ਦੇ ਵਿੱਚ ਸਟ੍ਰੈਟਜੀ ਵਨ ਅਵਰ ਆਪਾਂ ਡਿਸਕਸ ਕਰਤਾ ਸੀ which is all about ਕਾਊਂਟਿੰਗ ਕੈਲਰੀਜ਼ ਐਂਡ نو ਯੂਅਰ ਕੈਲਰੀਜ਼ ਆਈ ਹੋਪ ਤੁਸੀਂ ਉਹ ਵੀਡੀਓ ਦੇਖ ਲਈ ਹੋਊਗੀ ਜੇ ਨਹੀਂ ਦੇਖੀ ਤਾਂ ਇੱਕ ਵਾਰੀ ਜ਼ਰੂਰ ਉਹ ਵੀਡੀਓ ਦੇਖ ਲਓ ਕਿਉਂਕਿ ਦੈਟਸ ਮੋਸਟ ਇੰਪੋਰਟੈਂਟ ਵੀਡੀਓ ਜੇ ਤੁਸੀਂ ਆਪਣੀ weight loss ਜਰਨੀ Today video, we're gonna discuss about the strategy two. ਜਿਹੜੀ ਹੈ ਬਾਡੀ ਕੰਪੋਜੀਸ਼ਨ ਪਹਿਲਾਂ ਮੈਂ ਤੁਹਾਨੂੰ ਆਪਣੇ ਕੁਇਕਲੀ ਵਿਜੀਬਲ ਰਿਜ਼ਲਟਸ ਸ਼ੋ ਕਰਦਾ ਆ ਆ ਗਿਆ ਤੁਹਾਡੀ ਸਕਰੀਨ ਤੇ ਆ ਸੀਗਾ ਸਟਾਰਟਿੰਗ ਜਦੋਂ ਸਟਾਰਟਿੰਗ ਸ਼ੁਰੂ ਕੀਤਾ ਸੀ ਉਸ ਵੇਲੇ ਅਰਾਊਂਡ ਦਾ ਵੇਸਟ ਸੀਗਾ 48 ਤੇ ਆ ਆ ਗਿਆ ਅੱਜ ਦਾ ਤੇ ਅੱਜ ਆਪਣੀ ਅਰਾਊਂਡ ਦਾ ਵੇਸਟ ਆਈ ਹੈ 42 ਯਾਨੀ ਕਿ 6 ਇੰਚ ਅਰਾਊਂਡ ਦਾ ਬੈਲੀ ਕੱਟ ਗਿਆ ਤੇ ਬਾਡੀ ਕੰਪੋਜੀਸ਼ਨ ਨੂੰ ਤੁਸੀਂ ਦੇਖ ਸਕਦੇ ਹੋ ਆ ਤੁਹਾਡੇ ਨਾਲ ਆ ਗਿਆ ਤੁਸੀਂ ਪੈਕ ਤੇ ਦੇਖ ਸਕਦੇ ਹੋ ਕਿਵੇਂ ਪੈਕ ਸ਼ੋਲਡਰ ਤੋਂ ਡਿਫਾਈਨ ਹੋਣੀ ਸ਼ੁਰੂ ਹੋ ਗਈ ਲਵ ਹੈਂਡਲ ਥੋੜੇ ਅੰਦਰ ਚਲੇ ਗਏ ਹਜੇ ਵੀ ਹੈ ਲੌਂਗ ਵੇ ਟੂ ਗੋ ਬਟ ਸੋ ਫਾਰ ਵੀ ਅਚੀਵ really great results ਲੋ ਸ킨 ਵੀ ਤੁਸੀਂ ਜਿਆਦਾ ਨਹੀਂ ਦੇਖ ਸਕਦੇ ਇਸ ਕੋ ਨੇ ਵੀ ਟਾਈਟਨ ਆਪ ਜਿੱਦਾਂ ਜਿੱਦਾਂ ਆਪਾਂ ਅੱਗੇ ਵਧਦੇ ਜਾਵਾਂਗੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਸਟ੍ਰੈਟਜੀ ਟੂ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਚਾਰ ਕੁਐਸਚਨ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਹਾਊ ਟੂ ਸਟੇ ਮੋਟੀਵੇਟਡ ਕਾਸ ਮੋਟੀਵੇਸ਼ਨ ਕੀ ਹੈ ਕਿ ਇਹ ਇੱਕ ਬਹੁਤ ਵੱਡਾ ਪਲੇ ਰੋਲ ਕਰਦੀ ਹੈ ਸਾਨੂੰ ਕੰਸਿਸਟੈਂਸ ਰੱਖਣ ਦੇ ਲਈ ਸੋ ਵੀ ਗਨ ਡਿਸਕਸ ਕੀ ਹਾਊ ਆਈ ਸਟੇ ਮੋਟੀਵੇਟਡ ਥਰੋਅ ਆਊਟ ਦਾ ਚੈਲੰਜ ਜੇ ਨੰਬਰ ਤੇ ਆਪਾਂ ਡਿਸਕਸ ਕਰਾਂਗੇ ਵਿਚ ਵਨ ਯੂ ਸ਼ੁੱਡ ਫੋਕਸ ਫਰਸਟ ਫੈਟ ਲੂਸ ਜਮਸਲ ਗੇਨ ਇਥੇ ਬਹੁਤ ਵੱਡੀ ਕਨਫਿਊਜ਼ਨ ਆ ਜਾਂਦੀ ਹੈ ਇਸ ਚੱਕਰ ਚ ਲੋਕ ਆਪਣੀ ਜਰਨ ਨੂੰ ਮੈਸਟ ਅਪ ਕਰ ਲੈਂਦੇ ਸੋ ਵੀ ਗਨ ਡਿਸਕਸ ਅਬਾਊਟ ਕਿ ਆਪਣੀ ਪ੍ਰਾਇਓਰਟੀ ਕਿਸ ਚੀਜ਼ ਤੇ ਹੋਣੀ ਚਾਹੀਦੀ ਹੈ ਐਂਡ ਵਾਈ ਵੀ ਨੀਡ ਟੂ ਪ੍ਰੋਟ दैट ਪਾਰਟਿਕੂਲਰ ਥਿੰਗ ਤੀਜੇ ਨੰਬਰ ਤੇ ਆਪਾਂ ਡਿਸਕਸ ਕਰਾਂਗੇ ਮਸਲ ਡੈਫੀਨੇਸ਼ਨ ਤੇ ਚੌਥੇ ਨੰਬਰ ਤੇ ਆਪਾਂ ਡਿਸਕਸ ਕਰਾਂਗੇ ਜਦੋਂ weight lose ਹੋਣਾ ਬੰਦ ਹੋ ਜਾਂਦਾ ਜਦੋਂ weight scale ਇੱਕ ਜਗ੍ਹਾ ਤੇ ਆ ਕੇ ਸਟਕ ਕਰ ਹੋ ਜਾਂਦਾ ਤਾਂ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਤੇ ਇਹ ਹੁੰਦਾ ਕਿਉਂ ਹੈ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਾਂ ਇਹ ਸਾਰੀਆਂ ਗੱਲਾਂ ਡਿਟੇਲ ਚ ਡਿਸਕਸ ਕਰਾਂਗੇ ਜੇ ਹੁਣ ਤੱਕ ਲਓ ਐਨੀਵੇ ਆਪਾਂ ਸਿੱਧਾ ਵੀਡੀਓ ਦੇ ਵਿੱਚ ਚੱਲਦੇ ਆਂ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਸੋ ਕੁਐਸਚਨ ਨੰਬਰ 1 ਹਾਊ ਟੂ ਸਟੇ ਮੋਟੀਵੇਟ ਅਸੀਂ ਮੋਟੀਵੇਟ ਕੀਵੇਂ ਰਹਿ ਸਕਦੇ ਆਂ ਸਪੈਸ਼ਲੀ ਜਦੋਂ ਆਪਾਂ ਇੱਕ ਲੰਬੀ ਜਰਨੀ ਤੇ ਹੁੰਦੇ ਆ ਉਸ ਦੇ ਲਈ ਆਪਾਂ ਨੂੰ ਸਮਝਣਾ ਪਊਗਾ ਇੱਕ ਮੋਟੀਵੇਸ਼ਨ ਸਰਕਲ ਆਪੋਰਟ ਸਕਰੀਨ ਤੇ ਆ ਗਿਆ ਕਿ ਸਰਕਲ ਮੈਂ ਡਰਾ ਕੀਤਾ ਹੁਣ ਇਹ ਸਰਕਲ ਦੇ ਵਿੱਚ ਤਿੰਨ ਛੋਟੇ ਸਰਕਲ ਨੇ ਪਹਿਲੇ ਨੰਬਰ ਤੇ ਆ ਗਿਆ ਮੋਟੀਵੇਸ਼ਨ ਦੂਜੇ ਸਰਕਲ ਤੇ ਆ ਗਿਆ ਐਕਸ਼ਨ ਤੀਜੇ ਸਰਕਲ ਤੇ ਆ ਗਿਆ ਰਿਜ਼ਲਟ ਬਹੁਤ ਲੋਕ ਕੀ ਕਰਦੇ ਨੇ ਵੇਟ ਕਰੀ ਜਾਣਗੇ ਮੋਟੀਵੇਸ਼ਨ ਆਊਗੀ ਮੋਟੀਵੇਸ਼ਨ ਆਊਗੀ ਤਾਂ ਉਹ ਐਕਸ਼ਨ ਲੈਣਗੇ ਐਕਸ਼ਨ ਲੈਣਗੇ ਤਾਂ ਉਹਨਾਂ ਨੂੰ ਰਿਜ਼ਲਟ ਮਿਲੇਗਾ ਰਿਜ਼ਲਟ ਤੋਂ ਫਿਰ ਉਹ ਮੋਟੀਵੇਟ ਹੁੰਦੇ ਰਹਿਣਗੇ ਦੇ ਥਿੰਕ ਲਾਈਕ 댓 ਪਰ ਇੱਥੇ ਹੀ ਗਲਤੀ ਹੋ ਜਾਂਦੀ ਹੈ ਕਿਉਂਕਿ ਮੋਟੀਵੇਸ਼ਨ ਇੱਕ ਫੀਲਿੰਗ ਦੀ ਤਰ੍ਹਾਂ ਹੈ ਆਏਗੀ ਚਲੀ ਜਾਏਗੀ ਦੋ ਚਾਰ ਵੀਡੀਓ ਰਾਤ ਨੂੰ ਦੇਖ ਲੈਨੇ ਆ ਤਾਂ ਅਗਲੇ ਦਿਨ ਅਸੀਂ ਸੋਚ ਲੈਨੇ ਕਿ ਨਹੀਂ ਹੁਣ ਤੋਂ ਆਪਾਂ ਚੰਗਾ ਖਾਵਾਂਗੇ ਵਰਕਆਊਟ ਐਕਸਰਸਾਈਜ਼ ਸਭ ਕੁਝ ਕਰਾਂਗੇ ਤੇ ਉਹ ਫੀਲਿੰਗ ਆ ਜਾਂਦੀ ਹੈ ਉਸ ਵੇਲੇ ਉਹ ਦੋ ਤਿੰਨ ਦਿਨ ਨਾ ਵਾਰ ਫੀਲਿੰਗ ਚਲੀ ਜਾਂਦੀ ਹੈ ਹੁਣ ਇੱਥੇ ਮੋਟੀਵੇਸ਼ਨ ਸਰਕਲ ਨੂੰ ਥੋੜਾ ਜਿਹਾ ਆਪਾਂ ਨੂੰ ਟਵਿਸਟ ਕਰਨਾ ਪਊਗਾ ਸੋ ਇੱਥੇ ਮੋਟੀਵੇਸ਼ਨ ਸਰਕਲ ਦੇ ਵਿੱਚ ਆਪਾਂ ਨੂੰ ਕੀ ਕਰਨਾ ਪਊਗਾ ਆਪਾਂ ਨੂੰ ਮੋਟੀਵੇਸ਼ਨ ਤੇ ਡਿਪੈਂਡ ਨਹੀਂ ਰਹਿਣਾ ਪਊਗਾ ਆਪਾਂ ਨੂੰ ਸਭ ਤੋਂ ਪਹਿਲਾਂ ਲੈਣਾ ਪਊਗਾ ਐਕਸ਼ਨ ਜਦੋਂ ਆਪਾਂ ਐਕਸ਼ਨ ਲਾਵਾਂਗੇ ਐਕਸ਼ਨ ਤੋਂ ਜਿਹੜਾ ਰਿਜ਼ਲਟ ਮਿਲੂਗਾ ਉਹ ਰਿਜ਼ਲਟ ਤੋਂ ਜਿਹੜੀ ਮੋਟੀਵੇਸ਼ਨ ਮਿਲੂਗੀ ਦੈਟਸ ਕਨ ਕੀਪ us ਗੋਇੰਗ ਹੁਣ ਉਹਦੇ ਲਈ ਆਪਾਂ ਨੂੰ ਇੱਕ ਪਲਾਨ ਚਾਹੀਦਾ ਬਹੁਤ ਲੋਕ ਜਦੋਂ ਜਿਮ 'ਚ ਵਰਕਆਊਟ ਸ਼ੁਰੂ ਕਰਦੇ ਨੇ ਜਾਂ ਕਿਸੇ ਵੀ ਐਕਸਰਸਾਈਜ਼ ਰੁਟੀਨ ਨੂੰ ਫਾਲੋ ਕਰਦੇ ਆ ਲੈਟ ਸੇ ਇੱਕ ਬਿਗਨਰ ਆ ਉਨੇ ਐਕਸਰਸਾਈਜ਼ ਰੂਟੀਨ ਫਾਲੋ ਕਰਨੀ ਹੈ ਦੇ ਗੋ on the net and they see that ਕਿ ਪਹਿਲੇ ਦਿਨ ਚੈਸਟ ਟ੍ਰੇਨ ਕਰ ਲਓ ਦੂਜੇ ਦਿਨ ਬੈਕ ਟ੍ਰੇਨ ਕਰ ਲਓ ਤੇ ਜਿਹੜੇ ਲੈਗ ਟ੍ਰੇਨ ਕਰ ਲਓ ਚੌਥੇ ਦਿਨ ਸ਼ੋਲਡਰ ਟ੍ਰੇਨ ਕਰ ਲਓ ਕੋਈ ਵੀ ਸਪਲਿਟ ਚੂਜ਼ ਕਰ ਲਓ ਉਹ ਚੀਜ਼ ਨੂੰ ਉਹ ਫਾਲੋ ਕਰਨਾ ਸ਼ੁਰੂ ਕਰਦੇ ਨੇ 5 10 ਦਿਨ ਕਰਦੇ ਨੇ ਕੋਈ ਰਿਜ਼ਲਟ ਨਹੀਂ ਦੇਦਾ ਦੇ ਕੁਏਟ ਜਿਹੜਾ ਬੜਾ ਵਟ ਜਿਹੜਾ ਬਹੁਤ ਜ਼ਿਆਦਾ ਓਬਵੀਅਸ ਹੈ ਹੁਣ ਉਸ ਚੀਜ਼ ਨੂੰ ਆਪਾਂ ਫਿਕਸ ਕਰਨ ਦੇ ਲਈ this this is what i follow and i highly recommend do this way ਅਟਲੀਸਟ ਫੋਰ 1 ਮੰਥ ਸਮਝੋ ਤੁਸੀਂ ਪੰਜ ਬਿਜ਼ਨਸ ਇਕੱਠੇ ਸ਼ੁਰੂ ਕਰਦੇ ਹੁਣ ਕਿਸੇ ਵੀ ਬਿਜ਼ਨਸ ਤੇ ਤੁਸੀਂ ਫੋਕਸ ਨਹੀਂ ਕਰ ਪਾ ਰਹੇ ਕਿਸੇ ਵੀ ਚੀਜ਼ ਤੇ ਤੁਸੀਂ ਆਪਣਾ 100% ਨਹੀਂ ਦੇ ਸਕਦੇ ਇਵੇਂ ਤੁਸੀਂ ਕਰਦੇ ਹੋ ਇੱਕ ਦਿਨ ਚੈਸਟ ਕਰ ਲਈ ਇੱਕ ਦਿਨ ਬੈਕ ਕਰ ਲਈ ਇੱਕ ਦਿਨ ਲੈਗਸ ਕਰ ਲਈ ਇੱਕ ਦਿਨ ਸ਼ੋਲਡਰ ਕਰ ਲਈ ਇੱਕ ਦਿਨ ਬਾਈਸੈਪਸ ਟਵਾਈਸ ਅਪ ਕਰ ਲਈ ਦੈਟਸ ਅ ਰੋਂਗ ਅਪਰੋਚ ਜੇ ਤੁਸੀਂ ਸਟਾਰਟਿੰਗ ਕਰ ਰਹੇ ਹੋ ਇੱਥੇ ਕੀ ਕਰਨਾ ਚਾਹੀਦਾ ਚੂਸ ਵਨ ਬੋਡੀ ਪਾਰਟ ਜਿਹੜਾ ਵੀ ਤੁਹਾਡਾ ਫੇਵਰਿਟ ਬੋਡੀ ਪਾਰਟ ਹੈ ਲੈਟਸ ਸੇ ਮੇਰੀ ਆ ਮੇਰੀ ਆ ਬਾਹਾਂ ਬਾਈਸੈਪ ਟ੍ਰਾਈਸੈਪ ਤੇ ਮੇਰਾ ਸ਼ੋਲਡਰ ਫੇਵਰਿਟ ਬੋਡੀ ਪਾਰਟ ਸੋ ਮੈਂ ਕੀ ਕੀਤਾ ਇੱਕ ਮੰਥ ਮੈਂ ਸਿਰਫ ਇਹੀ ਟ੍ਰੇਨ ਕੀਤੇ ਤੁਹਾਨੂੰ ਬਹੁਤ ਲੋਕ ਕਹਿਣਗੇ ਦਿਸ ਇਜ਼ ਦਾ ਰੋਂਗ ਅਪਰੋਚ ਤੁਹਾਨੂੰ ਐਵਰੀ ਡੇ ਸਪਲਿਟ ਕਰਨਾ ਚਾਹੀਦਾ ਫਲਾਣਾ ਟਿਮ ਕਰਨਾ ਚਾਹੀਦਾ ਬ੍ਰੋ ਵੀ ਆਲ ਆਰ ਬਿਗਨਰ ਅਸੀਂ ਜਸਟ ਸਟਾਰਟ ਕੀਤਾ ਵਰਕਆਊਟ ਆਪਾਂ ਇੰਨੇ ਹਾਈ ਲੈਵਲ ਦੇ ਨਹੀਂ ਹੈ ਕਿ ਅਸੀਂ ਆਪਣੇ ਮਸਲ ਨੂੰ ਇੰਨਾ ਜ਼ਿਆਦਾ ਬ੍ਰੇਕਡਾਊਨ ਕਰ ਦਾਂਗੇ ਕਿ ਸੈਕੰਡ ਡੇ ਉਹ ਰਿਕਵਰ ਨਹੀਂ ਹੋਣਾ ਵੀ ਆਰ ਨਿਊ ਇਨ ਇਨ ਅ ਜਿਮ ਵੀ ਆਰ ਨਿਊ ਇਨ ਅ ਵਰਕਆਊਟ ਸੋ ਪਿਕ ਵਨ ਮਸਲ ਬਾਮ ਅਪ ਪਿਕ ਕਰ ਲੋ ਜੋ ਮੈਂ ਕੀਤੀਆਂ ਬਾਮ ਅਪ ਪਿਕ ਕੀਤੀਆਂ ਬਾਈਸੈਪ ਟ੍ਰਾਈਸੈਪ ਹੁਣ ਇਹਦੇ ਚ ਕੀ ਹੈ ਕਿ ਇਹ ਛੋਟਾ ਮਸਲਾ ਹੈ ਜੇ ਤੁਸੀਂ ਇੱਕ ਦਿਨ ਟ੍ਰੇਨ ਕਰਦੇ ਹੋ ਅਗਲੇ ਦਿਨ ਇਹ ਰਿਕਵਰ ਕਰ ਜਾਂਦਾ ਹੁਣ ਜਦੋਂ ਤੁਸੀਂ ਅਗਲੇ 30 ਦਿਨ ਵੀਕ ਚ 7 ਦਿਨਾਂ ਚੋਂ ਤੁਸੀਂ ਲੈਟ ਸੇ 4 ਦਿਨ ਇਹਨੂੰ ਹੀ ਟ੍ਰੇਨ ਕਰ ਰਹੇ ਹੋ ਹੋਰ ਕੋਈ ਬਾਡੀ ਪਾਰਟ ਨਹੀਂ ਟ੍ਰੇਨ ਕਰ ਰਹੇ ਆ আফਟਰ 30 ਡੇਸ ਤੁਸੀਂ ਆਪਣੇ ਆਪ ਨੂੰ ਫੀਲ ਕਰਨਾ ਸ਼ੁਰੂ ਕਰ ਦੋਗੇ ਦੈਟਸ ਮੋਟੀਵੇਸ਼ਨ ਦੈਟਸ ਐਕਸ਼ਨ ਤੋਂ ਜਿਹੜਾ ਰਿਜ਼ਲਟ ਆਇਆ ਉਹ ਰਿਜ਼ਲਟ ਜਿਹੜਾ ਤੁਹਾਨੂੰ ਮੋਟੀਵੇਸ਼ਨ ਦੇਊਗਾ ਦੈਟਸ ਗੋਣਾ ਕੀਪ ਯੂ ਗੋਇੰਗ ਆਪਾਂ ਕੀ ਕਰਦੇ ਨੇ ਇੱਕ ਦਿਨ ਚੈਸਟ ਕਰ ਲਾਂਗੇ ਇੱਕ ਦਿਨ ਬੈਕ ਕਰ ਲਾਂਗੇ ਇੱਕ ਦਿਨ ਲੈਗਸ ਕਰ ਲਾਂਗੇ ਖੂਸ਼ ਕਰ ਲਾਂਗੇ ਉਹ ਕਿਤੋਂ ਆਪਾਂ ਨੂੰ ਵਿਜੀਬਲ ਰਿਜ਼ਲਟ ਦਿਖਦੇ ਨਹੀਂ ਤਾਂ ਸਾਡੀ ਮੋਟੀਵੇਸ਼ਨ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ ਸੋ ਟੇਕ ਐ ਐਕਸ਼ਨ ਪਿਕ work on that one for at least for 30 days ਲੋਕ ਭਾਵੇਂ ਜੋ ਮਰਜੀ ਕਹੀ ਜਾਣ ਕਿ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਨਹੀਂ ਕਰਨਾ ਬਟ ਥਿਸ ਇਸ ਟਰਾਇਡ ਐਂਡ ਟੈਸਟਡ ਥਿੰਗਸ ਆਈ ਟਰਾਇਡ ਔਨ ਮਾਈਸੈਲਫ ਇਟਸ ਵਰਕ ਫਾਰ ਮੀ ਟਰਾਏ ਕਰਕੇ ਦੇਖੋ ਫਾਰ 30 ਡੇਸ ਪਿਕ ਵਨ ਬਾਡੀ ਪਾਰਟ ਐਂਡ ਟ੍ਰੇਨ 댓 ਵਨ ਔਨ ਏਵਰੀ ਸੈਕੰਡ ਡੇ ਏਵਰੀ ਸਿੰਗਲ ਡੇ ਫਾਰ 30 ਡੇਸ ਉਸ ਤੋਂ ਬਾਅਦ ਆਪਾਂ ਸਪਲਿਟ ਦੇਖਾਂਗੇ ਕਿਹੜੀ ਯੂਜ਼ ਕਰਨੀ ਹੈ ਸਪੈਸ਼ਲੀ ਜੇ ਤੁਸੀਂ ਆਪਣੀ ਬਾਹਾਂ ਮ ਟ੍ਰੇਨ ਕਰਦੇ ਹੋ ਸ਼ੋਲਡਰ ਟ੍ਰੇਨ ਕਰਦੇ ਹੋ ਆਫਟਰ 30 ਡੇਸ ਤੁਹਾਡੀ ਬਾਹਾਂ ਸਟਰੋਂਗ ਹੋ ਜਾਣਗੀਆਂ which will help you ਜਦੋਂ ਤੁਸੀਂ ਆਪਣੀ ਚੈਸਟ ਨੂੰ ਪੁਸ਼ ਕਰੋ ਲੋਗੇ ਇਟਸ ਕਨ ਹੈਲਪ ਯੂ ਅ ਲੋਟ ਕਉ ਜਦੋਂ ਅਸੀਂ ਚੈਸਟ ਲਾਨੇ ਆ ਸਪੈਸ਼ਲੀ ਹੈਵੀ ਚੈਸਟ ਲਾਨੇ ਆ ਸਾਡੇ ਚੈਸਟ ਮਸਲ ਨਹੀਂ ਗਿਵ ਅਪ ਕਰਦਾ ਸਾਡੀ ਪਹਿਲਾਂ ਬਾਹਾਂ ਗਿਵ ਅਪ ਕਰਨੇ ਸਾਡੀ ਪਹਿਲਾਂ ਟ੍ਰਾਈਸੈਪ ਗਿਵ ਅਪ ਕਰ ਲੈਂਦਾ ਸੇਮ ਚੀਜ਼ ਹੈ ਜਦੋਂ ਅਸੀਂ ਬੈਕ ਲਾਨੇ ਆ ਅਸੀਂ ਹੈਵੀ ਬੈਕ ਨੂੰ ਪੁੱਲ ਪੁੱਲ ਕਰਦੇ ਆ ਤਾਂ ਉਸ ਵੇਲੇ ਸਾਡਾ ਬੈਕ ਮਸਲ ਨਹੀਂ ਗਿਵ ਅਪ ਕਰਦਾ ਸਭ ਤੋਂ ਪਹਿਲਾਂ ਸਾਡਾ ਬਾਈਸੈਪ ਗਿਵ ਅਪ ਕਰ ਲੈਂਦਾ ਸੋ ਪਹਿਲੇ 30 ਡੇਸ ਜੇ ਆਪਣੇ ਅਸੀਂ ਬਾਈਸੈਪ ਟ੍ਰਾਈਸੈਪ ਨੂੰ ਸਟਰੋਂਗ ਕਰ ਲਾਂਗੇ ਉਸ ਤੋਂ ਬਾਅਦ ਜਿਹੜਾ ਉਹ ਫਾਊਂਡੇਸ਼ਨ ਬਿਲਡ ਕਰ ਲਾਂਗੇ ਉਸ ਤੋਂ ਬਾਅਦ ਉਹ ਤੁਹਾਨੂੰ ਨੈਕਸਟ ਨੈਕਸ ਐਂਡ Let me know in a comment section. Question number 2 which one you should focus first muscle gain or fat loss? ਦੇਖੋ ਇੱਕ concept ਸਾਨੂੰ ਸਿਰਫ ਉਲਝਾਣ ਲਈ ਬਣਿਆ ਹੋਇਆ। ਜਦੋਂ ਤੁਸੀਂ calorie deficit ਦੇ ਵਿੱਚ ਹੋ ਤੁਸੀਂ muscle gain ਨਹੀਂ ਕਰ ਸਕਦੇ। ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲਓ ਤੁਸੀਂ muscle gain ਨਹੀਂ ਕਰ ਸਕਦੇ। Physically practically possible ਨਹੀਂ ਹੈ। Muscle gain ਦੇ ਲਈ ਤੁਹਾਨੂੰ ਚਾਹੀਦੀ energy balance ਜ਼ਿਆਦਾ energy ਜ਼ਿਆਦਾ। ਫੈਟ ਲੂਸ ਤੇ ਲਈ ਤੁਸੀਂ ਕੈਲੋਰੀ ਡੈਫਿਸਿਟ ਤੇ ਹੋਣਾ ਤੁਸੀਂ ਘੱਟ એનર્ਜੀ ਕੰਜ਼ੂਮ ਕਰਨੀ ਹੈ देयर ਆ ਟੂ ਡਿਫਰੈਂਟ ਥਿੰਕ ਫੈਟ ਕਦੇ ਵੀ ਮਸਲ ਚ ਕਨਵਰਟ ਨਹੀਂ ਹੁੰਦਾ ਇਹ ਵੀ ਬਹੁਤ ਵੱਡਾ ਮਿਥ ਹੈ ਕਿ ਤੁਹਾਡਾ ਜੇ ਤੁਸੀਂ ਵਰਕਆਊਟ ਕਰੋਗੇ ਤੁਹਾਡਾ ਜਿਹੜਾ ਫੈਟ ਆ ਤੁਹਾਡੇ ਮਸਲ ਚ ਕਨਵਰਟ ਹੋ ਜਾਊਗਾ ਨਹੀਂ ਇਟ ਵੋਂਟ ਬੀ ਹੈਪਨ ਮਸ ਇੱਥੇ ਤੁਸੀਂ ਸਿਰਫ ਆਪਣਾ ਮਸਲ ਸਸਟੇਨ ਕਰ ਰਹੇ ਹੋ ਜਿੰਨਾ ਵੀ ਤੁਹਾਡਾ ਮਸਲ ਹੈ ਤੁਸੀਂ ਉਹਨੂੰ ਲੂਜ਼ ਨਾ ਕਰੋ ਜਦੋਂ ਤੁਸੀਂ ਉਹਦੇ ਅਰਾਊਂਡ ਦਾ ਫੈਟ ਜਦੋਂ ਲੂਜ਼ ਕਰ ਲੋਗੇ ਤਾਂ ਆਬਵੀਅਸਲੀ ਤੁਹਾਡਾ ਮਸਲ ਡਿਫਾਈਨ ਹੋਣਾ ਸ਼ੁਰੂ ਹੋ ਜਾਊਗਾ ਤੁਹਾਡੇ ਤੁਹਾਡੇ ਮਸਲ ਵਿਜ਼ੀਬਲ ਹੋਣੇ ਸ਼ੁਰੂ ਹੋ ਜਾਣਗੇ ਹੁਣ ਬ ਫੈਟ ਬਰਨ ਕਰੋਗੇ ਡਸਨ ਵਰਕ ਲਾਈਕ ਦੈਟ ਜੇ ਇਦਾਂ ਹੁੰਦਾ ਜਿੰਨੇ ਵੀ ਬੋਡੀ ਬਿਲਡਰ ਆ ਉਹਨਾਂ ਦੀ ਬੋਡੀ ਤੇ ਇੰਨਾ ਜਿਆਦਾ ਮਸਲ ਮਾਸ ਹੁੰਦਾ ਇੰਨੇ ਮਸਲ ਹੁੰਦੇ ਨੇ ਫਿਰ ਵੀ ਉਹਨਾਂ ਨੂੰ ਕੈਲੋਰੀ ਡੈਫਿਸਟ ਡਾਈਟ ਕਰਨੀ ਪੈਂਦੀ ਹੈ ਜਾਂ ਉਹਨਾਂ ਨੂੰ ਕਾਰਡੀਓ ਕਰਨਾ ਪੈਂਦਾ ਆਪਣਾ ਫੈਟ ਬਰਨ ਕਰ ਲੈ ਉਹਨਾਂ ਦਾ ਫਿਰ ਆਟੋਮੈਟਿਕਲੀ ਹੋਣਾ ਚਾਹੀਦਾ ਸੀਗਾ ਮਸਲ ਇਸ ਨਾਟ ਇਕੁਅਲ ਕਿ ਤੁਹਾਡਾ ਆਟੋਮੈਟਿਕਲੀ ਫੈਟ ਬਰਨ ਹੋ ਜਾਊਗਾ ਫੈਟ ਬਰਨ ਦੇ ਲਈ ਯੂ ਨੀਡ ਟੂ ਗੋ ਇਨ ਅ ਕੈਲੋਰੀ ਡੈਫਿਸਟ ਸੋ ਇੱਥੇ ਤੁਸੀਂ ਆਪਣਾ ਫੈਟ ਲੂਸ ਤੇ ਫੋਕਸ ਕਰੋ ਨਾਲ ਨਾਲ ਤੁਸੀਂ ਆਪਣਾ ਪ੍ਰੋਟੀਨ ਦਾ ਇਨਟੇਕ ਸਹੀ ਰੱਖੋਗੇ ਤਾਂ ਤੁਹਾਡਾ ਮਸਲ ਡਿਫਾਈਨ ਹੋਣਾ ਸ਼ੁਰੂ ਹੋ ਜਾਊਗਾ ਸੋ ਫੈਟ ਲੂਸ ਮਸਲ ਬਿਲਡਿੰਗ ਇਜ਼ ਟੂ ਡਿਫਰੈਂਟ ਥਿੰਗਸ ਡੋਂਟ ਗੈਟ ਕਨਫਿਊਜ਼ ਬੀਟਵੀਨ ਦੋਸ ਡੋਂਟ ਗੈਟ ਕਨਫਿਊਜ਼ ਬੀਟਵੀਨ ਦੋਸ ਸੋ ਫੋਕਸ ਓਨ ਅ ਫੈਟ ਲੂਸ ਐਂਡ ਟ੍ਰਾਈ ਟੂ ਪ੍ਰੀਜ਼ਰਵ ਐਸ ਮੱਚ ਐਸ ਮਸਲ ਯੂ ਕੈਨ ਸੋ ਉਹਦੇ ਲਈ ਆਪਾਂ ਕ੍ਰੇਜ਼ੀ ਕੈਲੋਰੀ ਡੈਫਿਸਟ ਨੇ ਹੋਣਾ ਤੇ ਆਪਾਂ ਆਪਣੇ ਪ੍ਰੋਟੀਨ ਦੇ ਇਨਟੇਕ ਨੂੰ ਅਪ ਰੱਖਣਾ ਹੁਣ ਤੀਜਾ ਕੁਐਸਚਨ ਇਹਦੇ ਵਿੱਚੋਂ ਨਿਕਲ ਕੇ ਆਂਦਾ ਕਿ ਮਸਲ ਡੈਫੀਨੇਸ਼ਨ ਉਹ ਕਿਵੇਂ ਕੀ ਹੈ ਮਸਲ ਡੈਫੀਨੇਸ਼ਨ ਮਸਲ ਡੈਫੀਨੇਸ਼ਨ ਇਹ ਕੀ ਹੈ ਕਿ ਤੁਹਾਡੇ ਕੋਲ ਆਲਰੇਡੀ ਮਸਲ ਹੈ ਜਿਹੜਾ ਫੈਟ ਦੇ ਥੱਲੇ ਲੁਕਿਆ ਹੋਇਆ ਜਦੋਂ ਅਸੀਂ ਫੈਟ ਅਰਾਊਂਡ ਦਾ ਮਸਲ ਘਟਾਵਾਂਗੇ ਤਾਂ ਸਭ ਦਾ ਮਸਲ ਡਿਫਾਈਨ ਹੋ ਜਾਊਗਾ ਇੱਥੇ ਤੁਹਾਨੂੰ ਇੱਕ ਅਪਰੋਚ ਦੇ ਨਾਲ ਚੰਨਾ ਪਊਗਾ ਇੱਕ ਪੰਜਾਬੀ ਚ ਕਹਾਵਤ ਹੈ ਇੱਕ ਲੋਹਾਰ ਦੀ 100 ਸੋਨੇਾਰ ਦੀ ਤੁਹਾਨੂੰ ਇੱਥੇ 100 ਸੋਨੇਾਰ ਦੀ ਫਿਲਾਸਫੀ ਤੇ ਕੰਮ ਕਰਨਾ ਪਊਗਾ ਤੁਹਾਨੂੰ ਆਪਣੇ ਮਸਲ ਨੂੰ ਹਾਈ ਰੈਪ ਲੋ ਵੇਟ ਦੇ ਨਾਲ ਟ੍ਰੇਨ ਕਰਨਾ ਪਊਗਾ ਲਾਈਟ ਵੇਟ ਇਸ ਕਰਕੇ ਕਿ ਅਸੀਂ ਆਪਣੀ ਫਾਰਮ ਨੂੰ ਸਹੀ ਰੱਖਣਾ ਹੈ ਜੇ ਸਾਡੀ ਫਾਰਮ ਵਿਗੜੂਗੀ ਤਾਂ ਅਸੀਂ ਸਹੀ ਟਿਕਾਣੇ ਤੇ ਹਿੱਟ ਨਹੀਂ ਕਰ ਪਾਵਾਂਗੇ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਸਾਡਾ ਮਸਲ ਮਾਈਂਡ ਕਨੈਕਸ਼ਨ ਬੈਟਰ ਬਿਲਟ ਹੁੰਦਾ ਲੋਕ ਕੀ ਕਰਦੇ ਨੇ ਭਾਰੀ ਵੇਟ ਚੱਕ ਲੈਣਗੇ ਤਾਂ ਉਸ ਵੇਲੇ ਸਾਰਾ ਧਿਆਨ ਉਹਨਾਂ ਦਾ ਉਹ ਵੇਟ ਲਿਫਟ ਕਰਨ ਤੇ ਹੁੰਦਾ ਉਹ ਮਸਲ ਚੋਂ ਦਿਮਾਗ ਨਿਕਲ ਜਾਂਦਾ ਹੁਣ ਐਗਜ਼ਾਮਪਲ ਤੋਂ ਗੱਲ ਕਰਦੇ ਹਾਂ ਇੱਕ ਬੰਦਾ 100 ਕਿ ਜਾਂਦਾ ਦੂਜੇ ਪਾਸੇ ਆਪਾਂ ਇੰਡੀਆ 'ਚ ਦੇਖਿਆ ਇੱਕ ਰਿਕਸ਼ੇ ਵਾਲਾ 100-100 ਕਿਲੋ ਦੇ ਤਿੰਨ ਬੰਦੇ ਬਿਠਾ ਕੇ ਕਈ ਕਿਲੋਮੀਟਰ ਰਿਕਸ਼ਾ ਚਲਾ ਕੇ ਲੈ ਜਾਂਦਾ ਫਿਰ ਉਹਦੇ ਪੱਟਾਂ ਦਾ ਮਸਲ ਕਿਉਂ ਨਹੀਂ ਬਣਦੇ ਮੰਨਿਆ ਚਲੋ ਉਹਦੀ ਡਾਈਟ ਨਹੀਂ ਹੈ ਤਾਂ ਮਸਲ ਗਰੋ ਨਹੀਂ ਹੋ ਰਿਹਾ ਪਰ ਉਹਦੇ ਮਸਲ ਡਿਫਾਈਨ ਵੀ ਨਹੀਂ ਹੁੰਦੇ ਰੀਜ਼ਨ ਕੀ ਹੈ ਕਿ ਉਹਦਾ ਦਿਮਾਗ ਹਮੇਸ਼ਾ ਪੈਸੇ ਦੇ ਵਿੱਚ ਹੁੰਦਾ ਉਸ ਵੇਲੇ ਉਹਦਾ ਦਿਮਾਗ ਮਸਲ ਦੇ ਵਿੱਚ ਨਹੀਂ ਹੁੰਦਾ ਆਪਾਂ ਮਸਲ ਮਾਈਂਡ ਕਨੈਕਸ਼ਨ ਬਿਲਡ ਕਰਨਾ ਉਹਦੇ ਲਈ ਕੀ ਕਰਾਂਗੇ ਲਾਈਟ ਵੇਟ ਦੇ ਨਾਲ ਰੈਪ ਜ਼ਿਆਦਾ ਰੱਖਾਂਗੇ ਤੇ 100 ਸੁਨਿਆਰ ਵਾਲੀ ਅਪਰੋਚ ਦੇ ਨਾਲ ਚੱਲਾਂਗੇ ਇੱਕ ਗੱਲ ਨੂੰ ਹਮੇਸ਼ਾ ਆਪਣੇ ਦਿਮਾ ਬਾਡੀ ਬਿਲਡਿੰਗ ਤੇ weight lifting ਦੋ ਅਲੱਗ ਚੀਜ਼ਾਂ ਨੇ ਦੋਨਾਂ ਨੂੰ ਮਿਕਸ ਮੈਚ ਨਾ ਕਰੋ ਜਦੋਂ ਅਸੀਂ ਬਹੁਤ ਲੋਕ ਆਪਣੇ ਚੋਂ ਬਹੁਤ ਲੋਕ ਜਦੋਂ ਜਿਮ ਜਾਂਦੇ ਨੇ ਵਰਕਆਊਟ ਕਰਨ ਤੇ ਜਾਂਦੇ ਤਾਂ ਬੋਡੀ ਬਿਲਡਰ ਦੀ ਅਪਰੋਚ ਦੇ ਨਾਲ ਹੈ ਪਰ ਉੱਥੇ ਜਾ ਕੇ ਆਊਟ ਆਫ ਸਡਨ weight lifter ਬਣ ਜਾਂਦੇ ਨੇ ਅਸੀਂ weight lift ਨਹੀਂ ਕਰਨਾ ਅਸੀਂ ਬੋਡੀ ਨੂੰ ਆਪਣੀ ਨੂੰ ਬਿਲਡ ਕਰਨਾ ਹੈ ਜਿਹਨੂੰ ਕਹਿੰਦੇ ਹੈ ਬੋਡੀ ਕੰਪੋਜੀਸ਼ਨ ਚ ਲੈ ਕੇ ਆਣੀ ਹੈ ਉਹਦੇ ਲਈ ਕੀ ਹੈ we should go with the lightweight high rep number 4 te agaya why weight lose stuck and what we need to hun ithe hunda ki hai saadi body ek adaptation machine hai hun jadon apa kafi der tak ek amount of calories khane rehne hai ta saadi body us che nu adopt kar lendi hai te efficient ho jandi hai te us calories den na kat efficient ho jandi hai te katna shuru kar dindi hai hun ithe apa do chije kar sakde hai ya ta apa ki kar sakde hai ki apni hor jyada calories kataiye hun je hor jyada calories katavange ta asi workout properly perform nahi ਪਮਾਂਗੇ ਸੋ ਕੈਲਰੀ ਘਟਾਉਣਾ ਇਸ ਇਜ਼ ਨੋਟ ਅ ਗੁੱਡ ਆਈਡੀਆ ਸੋ ਇੱਥੇ ਕੀ ਕਰਨਾ ਚਾਹੀਦਾ ਸਾਨੂੰ ਥੋੜੀ ਜਿਹੀ ਆਪਣੀ ਕੈਲਰੀਜ਼ ਇਨਕਰੀਜ਼ ਕਰਨੀ ਚਾਹੀਦੀ ਹੈ ਬਹੁਤ ਲੋਕ ਕੈਲਰੀ ਡੈਫਿਸ ਹੋਰ ਜ਼ਿਆਦਾ ਘਟਾਉਂਦੇ ਨਹੀਂ ਇੱਥੇ ਆਪਾਂ ਨੂੰ ਕੈਲਰੀਜ਼ ਇਨਕਰੀਜ਼ ਕਰਨੀ ਚਾਹੀਦੀ ਹੈ ਲੈਟਸ ਸੇ ਜੇ ਆਪਾਂ 2200 ਕੈਲਰੀਜ਼ ਖਾਣੇ ਆ ਤਾਂ ਉਹਨੂੰ 2300 2400 ਕਰ ਦੋ 200 ਕੈਲਰੀਜ਼ ਅਪ ਕਰ ਦੋ ਤੇ ਦੂਜੇ ਪਾਸੇ ਜਿਹੜਾ ਤੁਹਾਡਾ ਵਰਕਆਊਟ ਹੈ ਉਹਨੂੰ ਵੀ ਇਨਕਰੀਜ਼ ਕਰ ਦੋ ਇੱਕ ਬਹੁਤ ਤੁਸੀਂ ਸੁਣਿਆ ਹੋਣਾ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਇਫ ਯੂ ਅੰਟ ਟੂ ਲੂਜ਼ ਵੇਟ ਈਟ ਲੈਸ ਮ ਯੂ ਨੀਡ ਟੂ ਈਟ ਮੋਰ ਐਂਡ ਮੂਵ ਮੋਰ ਸੋ ਇੱਥੇ ਆਪਾਂ ਨੂੰ ਇਹਨੂੰ ਬ੍ਰੇਕ ਡਾਊਨ ਕਰਨ ਦੇ ਲਈ ਯੂ ਨੀਡ ਟੂ ਇਨਕਰੀਜ਼ ਯੂਅਰ ਕੈਲਰੀਜ਼ ਮੇਰੇ ਨਾਲ ਵੀ ਹੋਇਆ ਸੀ ਮੇਰੇ ਪਲੈਟੋ ਹਿੱਟ ਕੀਤਾ ਸੀ 3-4 ਦਿਨ 5 ਦਿਨ ਲਗਾਤਾਰ weight ਇੱਕ ਹੋ ਰਿਹਾ ਸੋ ਵਾਟ ਆਈ ਡਿਡ ਆਈ ਈਟ ਮੋਰ ਫੂਡ ਜਦੋਂ ਜ਼ਿਆਦਾ ਫੂਡ ਖਾਦਾ ਤੇ ਨੈਕਸਟ ਡੇ ਆ ਫੀਲ ਰਿਲੈਕਸ ਤੇ ਮੇਰੇ ਵਰਕਆਊਟ ਚ ਪਰਫਾਰਮੈਂਸ ਬੈਟਰ ਹੋਈ ਐਜ਼ ਅ ਰਿਜ਼ਲਟ ਮੇਰਾ weight loss ਦੁਬਾਰਾ ਉਸੇ ਤਰੀਕੇ ਨਾਲ ਹੋਣਾ ਸ਼ੁਰੂ ਹੋ ਗਿਆ ਅਦਰਵਾਈਜ਼ ਗੋ ਫੋਰ ਗੋ ਫੋਰ 1 ਔਰ 2 ਡੇਸ ਆਫ ਦਾ ਪਲਾਨ ਗੋ ਫੋਰ ਅ ਟ੍ਰੀਟ ਡੇ ਆਫ ਦਾ ਪਲਾਨ ਹੋ ਜਾਓ ਜੇ ਤੁਹਾਡਾ weight stuck ਹੋਇਆ eat more food for couple of days and go for one day off the plan ਇਹਨੂੰ ਕਹਿੰਦੇ ਨੇ ਕੰਟਰੋਲ ਈਟ ਦੈਟਸ ਵਾਟ ਵੀ ਨੀਡ ਟੂ ਡੂ ਐਂਡ ਫੋਲੋ ਦਿਸ ਐਂਡ ਯੂ ਵਿਲ ਸੀ ਅ ਗ੍ਰੇਟ ਡਿਫਰੈਂਸ ਇਨ ਯੋਰ ਓਵਰਆਲ ਫਿਜ਼ੀਕ in the next 30 days hun aap kal to follow karanga strategy 3 which is all about micros hun aap e de ch ek fixed carbs fat protein di ratio leke chalanga cause e de vich aap thodi di muscle define hor zyada karne hai this will i will explain you after 30 days ki main protein carb fat da ratio choose kita te kiwein main nu aage implement kita hope aaj di video toade kafi concept clear ho gaye honne Please like and share and let me know in a comment section if you have any question. Comment kardo. I will more than happy to give you the answer. And thanks for watching the whole video. Good luck to